ਮਿਲਣ ਦੀ ਆਸ ਨਾਲ ਇੱਕ ਪਾਸੇ ਖਲੋ ਕੇ ਮੈਂ ਆਪਣੇ ਮਨਪਸੰਦ ਲੇਖਕ ਨੂੰ ਸਬਜ਼ੀ ਖਰੀਦਦਿਆਂ ਵੇਖ ਰਿਹਾ ਸੀ ਜਿਹੜੀ ਸਬਜ਼ੀ ਉਹ ਖਰੀਦ ਰਿਹਾ ਸੀ ਉਹ ਬਿਲਕੁਲ ਰੰਦ ਖੁੰਨ ਤੇ ਗળી ਸੜੀ ਸੀ ਮੈਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਇੰਨੀਆਂ ਚੰਗੀਆਂ ਰਚਨਾਵਾਂ ਲਿਖਣ ਵਾਲਾ ਉਹੋ ਜੀ ਸਬਜ਼ੀ ਖਾਂਦਾ ਸੀ ਮੇਰੇ ਮਨ 'ਚ ਉਸ ਪ੍ਰਤੀ ਸਤਕਾਰ ਜਾਂਦਾ ਰਿਹਾ ਜਦੋਂ ਉਹਨੇ ਸਬਜ਼ੀ ਲੈ ਲਈ ਤੇ ਉੱਥੋਂ ਚੱਲਣ ਲੱਗਿਆ ਤਾਂ ਪਹਿਲੀ ਤੇ ਆਖਰੀ ਵਾਰ ਮਿਲਣ ਦੀ ਮਰਜ਼ੀ ਨਾਲ ਮੈਂ ਨੇੜੇ ਆਇਆ ਉਨੇ ਕਿਹਾ ਮੈਂ ਲੰਗਦਿਆਂ ਵੇਖਿਆ ਸੀ ਕਿ ਸਬਜ਼ੀ ਵਾਲਾ ਬੜਾ ਮਾਇੂਸ ਉਦਾਸ ਦਿਖਾਈ ਦੇ ਰਿਹਾ ਸੀ ਪਤਾ ਨਹੀਂ ਇਹਨੇ ਹੋਰ ਕਿੰਨਾ ਚਿਰ ਆਪਣੀ ਸਬਜ਼ੀ ਦੇ ਗਾਹਕ ਨੂੰ ਢੇਕਣਾ ਸੀ ਮੈਂ ਜਾਣਦਾ ਸੀ ਕਿ ਇਹਦੀ ਸਬਜ਼ੀ ਕੋਈ ਨਹੀਂ ਖਰੀਦੇਗਾ ਮੈਂ ਇਹਨੂੰ ਮਾਇੂਸੀ ਉਦਾਸੀ ਤੋਂ ਮੁਕਤ ਕਰਨਾ ਚਾਹੁੰਦਾ ਸਾਂ ਤਾਂ ਕਿ ਉਹ ਘਰ ਉਡੇਕ ਰਹੀ ਆਪਣੀ ਪਤਨੀ ਕੋਲ ਜਾ ਸਕੇ ਮੈਂ ਇਹਦੇ ਚਿਹਰੇ ਤੇ ਤਸੱਲੀ ਵੇਖਣੀ ਚਾਹੁੰਦਾ ਸਾਂ ਸੋ ਮੈਂ ਇਸ ਨਾਲ ਭਾ ਕਰਕੇ ਇਹਦੀ ਸਾਰੀ ਸਬਜ਼ੀ ਖਰੀਦ ਲਈ ਅਸੀਂ ਟੁਰਦੇ ਟੁਰਦੇ ਗੱਲਾਂ ਕਰ ਰਹੇ ਸਾਂ ਕੁਝ ਕਦਮ ਮੇਰੇ ਨਾਲ ਚੱਲ ਕੇ ਉਸ ਲੇਖਕ ਨੇ ਸਾਰੀ ਖਰੀਦੀ ਸਬਜ਼ੀ ਵੱਡੇ ਕੂੜੇਦਾਨ 'ਚ ਸੁੱਟ ਦਿੱਤੀ ਉਸ ਵੇਲੇ ਮੇਰਾ ਮਨਪਸੰਦ ਲੇਖਕ ਇਨਸਾਨ ਨਹੀਂ ਕੋਈ ਫਰਿਸ਼ਤਾ ਲੱਗ ਰਿਹਾ ਸੀ ਤੇ ਉਸ ਪ੍ਰਤੀ ਮੇਰਾ ਸਤਕਾਰ ਅਸਮਾਨ ਛੂ ਰਿਹਾ ਸੀ ਧੰਨਵਾਦ